ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਤੁਰਕੀ 'ਚ ਇੱਕ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ। ਇਸਤਾਨਬੁਲ ਹਵਾਈ ਅੱਡੇ ਤੇ ਸਵੀਡਨ ਤੋਂ ਅੰਮ੍ਰਿਤਸਰ ਆ ਰਹੇ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੂੰ ਸੁਰੱਖਿਆ ਚੈਕਿੰਗ ਦੇ ਨਾਂ ਤੇ ਪਗੜੀ ਉਤਾਰਨ ਲਈ ਕਿਹਾ ਗਿਆ। ਹਾਲਾਂਕਿ ਗੁਰਵਿੰਦਰ ਨੇ ਆਪਣੀ ਪਗੜੀ ਨਹੀਂ ਲਾਈ ਅਤੇ ਏਅਰਪੋਰਟ ਅਥਾਰਟੀ ਨੂੰ ਉਸ ਅੱਗੇ ਝੁਕਣਾ ਪਿਆ। ਵਿਦੇਸ਼ਾਂ 'ਚ ਸਿੱਖਾਂ ਤੇ ਨਸਲੀ ਹਮਲੇ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਕਦੇ ਸੁਰੱਖਿਆ ਦੇ ਨਾਂ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਕਦੇ ਭੇਦਭਾਵ ਪੂਰਨ ਰਵੱਈਆ ਅਪਣਾਇਆ ਜਾਂਦਾ ਹੈ। ਤਾਜ਼ਾ ਵਾਕਿਆ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗੁਰਵਿੰਦਰ ਸਿੰਘ ਦਾ, ਜਿਸ ਨਾਲ ਤੁਰਕੀ ਦੇ ਇਸਤਾਬੁਲ ਏਅਰਪੋਰਟ ਤੇ ਸਿਕਿਉਰਿਟੀ ਚੈਕਿੰਗ ਦੇ ਨਾਂ ਤੇ ਸਿੱਖੀ ਦਿਸ਼ਾਨ ਪਗੜੀ ਉਤਰਵਾ ਕੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਜਦੋਂ ਆਪਣੀ ਪਗੜੀ ਉਤਾਰਨ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ। ਮੈਂ ਯੂਰਪ ਵਿੱਚ PhD ਕਰ ਰਿਹਾ ਹਾਂ ਅਤੇ ਮੈਂ ਪਿਛਲੇ 2 ਸਾਲ ਤੋਂ ਯੂਰਪ ਹੀ ਰਹਿ ਰਿਹਾ ਹਾਂ ਅਤੇ ਮੈਂ ਹਰ ਸਾਲ ਇੰਡੀਆ ਆਉਂਦਾ ਅਤੇ ਇਸ ਸਾਲ ਮੈਂ ਅੰਮ੍ਰਿਤਸਰ ਦੀ ਟਿਕਟ ਕਰਾਈ, ਜਿਸ ਕਰਕੇ ਮੇਰਾ ਸਟੇਅ ਦੁਬਈ ਅਤੇ ਇਸਤਾਨਬੁਲ ਸੀਗਾ। ਦੁਬਈ 'ਚ ਕੋਈ ਪ੍ਰੋਬਲਮ ਨਹੀਂ ਆਈ, ਪਰ ਇਸਤਾਨਬੁਲ ਵਿੱਚ ਉਹਨਾਂ ਨੇ ਮੈਨੂੰ ਸਿਕਿਉਰਿਟੀ ਚੈੱਕ ਦੇ ਨਾਮ 'ਤੇ, ਜਾਂ ਹੋ ਸਕਦਾ ਉਹਨਾਂ ਦੇ ਆਪਣੇ ਕੋਈ ਨੋਮਸ ਹੋਣ, ਉਹਨਾਂ ਨੂੰ ਕੁਝ ਪਤਾ ਨਾ ਹੋਵੇ, ਜਦੋਂ ਸਿਕਿਉਰਿਟੀ ਚੈੱਕ ਹੋਇਆ ਜਿਹਦੇ ਵਿੱਚ ਟ੍ਰੈਮ ਵਿੱਚ ਹੈਂਡਬੈਗ ਦੀ ਸਕੈਨਿੰਗ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਮੈਨੂੰ ਆਪਣੀ ਟਰਬਨ ਜਾਂ ਪਗੜੀ ਉਤਾਰਨ ਲਈ ਮਜਬੂਰ ਕੀਤਾ ਕਿ ਇਹਨੂੰ ਵੀ ਇੱਥੇ ਹੈਂਡਬੈਗ ਦੇ ਉੱਤੇ ਰੱਖੋ ਅਤੇ ਫਿਰ ਤੁਹਾਨੂੰ ਆਪਾਂ ਬੋਰਡ ਕਰਨ ਦੇਵਾਂਗੇ, ਜਿਸ ਕਰਕੇ ਮੈਂ ਉਹਨਾਂ ਨੂੰ ਰਿਫਿਊਜ਼ ਕਰਤਾ ਅਤੇ ਮੈਨੂੰ ਉਹਨਾਂ ਨੇ ਬੋਰਡਿੰਗ ਤੋਂ ਮਨਾ ਕਰਤਾ। ਕਹਿੰਦੇ ਜਿੱਥੋਂ ਤੁਸੀਂ ਆਏ ਹੋ ਤੁਹਾਨੂੰ ਆਪਾਂ ਉੱਥੇ ਵਾਪਸ ਭੇਜ ਦਾਂਗੇ, ਤੁਹਾਨੂੰ ਆਪਾਂ ਅੱਗੇ ਨਹੀਂ ਜਾਣ ਦੇਣਾ ਕਿਉਂਕਿ ਤੁਸੀਂ ਟਰਬਨ ਉਤਾਰਨ ਤੋਂ ਇਨਕਾਰ ਕੀਤਾ। ਮੈਂ ਕਿਹਾ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਜਾਣ ਦੇਣਾ, ਬਟ ਮੈਂ ਟਰਬਨ ਨਹੀਂ ਉਤਾਰ ਸਕਦਾ ਕਿਉਂਕਿ ਇਹ ਆਪਣੀ ਸ਼ਾਨ ਹੈ ਅਤੇ ਇਹ ਤੋਂ ਆਪਾਂ ਮਤਲਬ ਮੈਂ ਇਹਦੀ ਬੇਇੱਜ਼ਤੀ ਨਹੀਂ ਹੋਣ ਦੇਣਾ ਚਾਹੂੰਗਾ। ਵਿਦੇਸ਼ਾਂ 'ਚ ਸਿੱਖਾਂ ਨਾਲ ਹੁੰਦੇ ਅਜਿਹੇ ਰਵੱਈਏ ਤੋਂ ਗੁਰਵਿੰਦਰ ਸਿੰਘ ਬਹੁਤ ਦੁਖੀ ਨੇ। ਉਹਨਾਂ ਕਿਹਾ ਕਿ ਉਹ ਯੂਰਪ 'ਚ ਰਹਿ ਕੇ PhD ਕਰ ਰਹੇ ਨੇ, ਪਰ ਉੱਥੇ ਅੱਜ ਤੱਕ ਉਹਨਾਂ ਨੂੰ ਅਜਿਹੀ ਕਦੇ ਵੀ ਕੋਈ ਦਿੱਕਤ ਪੇਸ਼ ਨਹੀਂ ਆਈ। ਉਹਨਾਂ ਨੇ ਮੇਰੇ ਦੂਸਰੇ ਤਰੀਕੇ ਰਿਵੈਂਜ ਲਿਆ, ਮੈਨੂੰ ਦੂਸਰੇ ਤਰੀਕੇ ਹਰਾਸ ਕੀਤਾ, ਸ਼ੂਜ਼ ਵਗੈਰਾ ਉਤਾਰੇ। ਮੇਰੀ ਜਿਹੜੀ ਪ੍ਰੀਵੀਅਸ ਐਜੂਕੇਸ਼ਨ ਆ ਉਹ ਮੇਰੀ ਲੰਡਨ ਤੋਂ ਆ, ਮੈਂ ਲੰਡਨ ਤੋਂ ਪਹਿਲਾਂ ਵੀ ਬਹੁਤ ਵਾਰ ਟਰੈਵਲ ਕੀਤਾ ਵਾ, ਬਟ ਮੇਰੇ ਨਾਲ ਇੱਦਾਂ ਕਦੀ ਵੀ ਨਹੀਂ ਹੋਇਆ ਜੋ ਮੇਰਾ ਇਸਤਾਨਬੁਲ ਹੋਇਆ। ਉਹਨਾਂ ਅਜਿਹੇ ਸਿੱਖਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਜੋ ਕਈ ਵਾਰ ਅਜਿਹੇ ਸਿਕਿਉਰਿਟੀ ਚੈਕਿੰਗ ਦੇ ਨਾਂ ਤੇ ਬਦਸਲੂਕੀ ਦਾ ਸ਼ਿਕਾਰ ਹੁੰਦੇ ਨੇ। ਮੈਂ ਉਹ ਨਿਊਜ਼ ਦੇਖਦਾ ਹੁੰਦਾ ਸੀ, ਸੁਣਦਾ ਹੁੰਦਾ ਸੀ, ਮੈਨੂੰ ਨਹੀਂ ਪਤਾ ਕਿ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੇਰੇ ਨਾਲ ਹੋਏਗਾ। ਜੋ ਮੇਰੇ ਵੀਰ ਭਰਾ ਸੁਣ ਰਹੇ ਨੇ ਹੁਣ, ਉਹਨਾਂ ਨੂੰ ਨਹੀਂ ਪਤਾ ਕਿ ਹੋ ਸਕਦਾ ਉਹਨਾਂ ਨਾਲ ਵੀ ਹੋਵੇ, ਇਸ ਕਰਕੇ ਸਾਨੂੰ ਜਾਗਰੂਕ ਹੋਣਾ ਚਾਹੀਦਾ, ਅੱਗੇ ਆਉਣਾ ਚਾਹੀਦਾ। ਗੁਰਵਿੰਦਰ ਸਿੰਘ ਅਜਿਹੇ ਪਹਿਲੇ ਸਿੱਖ ਨਹੀਂ ਹਨ ਜਿਨ੍ਹਾਂ ਨਾਲ ਅਜਿਹਾ ਵਰਤਾਓ ਕੀਤਾ ਗਿਆ। ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਲੋੜ ਹੈ ਅਜਿਹੇ ਮਾਮਲਿਆਂ 'ਚ ਸਰਕਾਰ ਨੂੰ ਕੁਝ ਠੋਸ ਕਦਮ ਉਠਾਉਣ ਦੀ, ਤਾਂ ਕਿ ਆਉਣ ਵਾਲੇ ਸਮੇਂ 'ਚ ਅਜਿਹੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ। ਸੁਮਿਤ ਖੰਨਾ, MH1 ਨਿਊਜ਼, ਅੰਮ੍ਰਿਤਸਰ। ਤੁਰਕੀ 'ਚ ਏਅਰਪੋਰਟ 'ਤੇ ਇੱਕ ਸਿੱਖ ਨੌਜਵਾਨ ਨਾਲ ਜਿਸ ਤਰੀਕੇ ਨਾਲ ਬਦਸਲੂਕੀ ਹੋਈ, ਹਾਲਾਂਕਿ ਉਹ ਅਪੀਲ ਵੀ ਕਰ ਰਹੇ। ਗੁਰਵਿੰਦਰ ਸਿੰਘ ਆਪ ਸਾਡੇ ਨਾਲ ਜੁੜੇ ਹੋਏ ਨੇ। ਗੁਰਵਿੰਦਰ ਜੀ, ਕੀ ਕੁਝ ਹੋਇਆ ਉੱਥੇ ਤੁਹਾਡੇ ਨਾਲ ਸੁਰੱਖਿਆ ਚੈਕਿੰਗ ਦੇ ਨਾਂ 'ਤੇ? ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਨਾਲ ਹੀ ਤੁਸੀਂ ਕੀ ਕੁਝ ਅਪੀਲ ਨੌਜਵਾਨਾਂ ਨੂੰ ਕਰਨਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਤੁਰਕੀ ਤੋਂ ਵਾਇਆ ਤੁਰਕੀ ਆ ਰਿਹਾ ਸੀਗਾ ਯੂਰਪ ਤੋਂ, ਤੇ ਆਪਣਾ ਉਹਨਾਂ ਨੇ ਮੈਨੂੰ ਬਹੁਤ ਤਰੀਕੇ ਗਲਤ ਤਰੀਕੇ ਹਰਾਸ ਕੀਤਾ, ਤੇ ਜਿਹੜਾ ਕਿ ਮਤਲਬ ਕਿ ਆਈ ਡੋਂਟ ਥਿੰਕ ਸੋ ਦੈਟ ਇਟਸ ਅਸੈਪਟੇਬਲ। ਲਾਈਕ ਉਹਨਾਂ ਨੇ ਮੈਨੂੰ ਪਗੜੀ ਉਤਾਰਨ ਲਈ ਕਿਹਾ, ਪਗੜੀ ਉਤਾਰ ਕੇ ਉਹਨਾਂ ਨੇ ਕਿਹਾ ਕਿ ਆਪਣੇ ਹੈਂਡਬੈਗ ਦੇ ਉੱਤੇ ਰੱਖੋ, ਆਪਾਂ ਉਨੀ ਦੇਰ ਤੱਕ ਤੁਹਾਨੂੰ ਬੋਰਡ ਨਹੀਂ ਕਰ ਪਾਵਾਂਗੇ। ਮੈਂ ਥੋੜ੍ਹੀ ਦੇਰ ਪਹਿਲਾਂ ਹੀ, ਆਈ ਥਿੰਕ 6 ਤੋਂ 8 ਮਹੀਨੇ ਪਹਿਲਾਂ, ਮੈਂ ਸੁਣਿਆ ਸੀਗਾ ਕਿ USA ਵਿੱਚ ਇੱਕ ਸਿੱਖ ਨੌਜਵਾਨ ਨੂੰ ਬੋਰਡ ਕਰਨ ਤੋਂ ਮਨਾ ਕੀਤਾ ਗਿਆ। ਜਦੋਂ ਮੇਰੇ ਨਾਲ ਇਹ ਹੋਇਆ ਤੇ ਮੈਨੂੰ ਉਹਨਾਂ ਦੀ ਪਿਕਚਰ ਸਾਹਮਣੇ ਆ ਗਈ ਕਿ ਮੈਂ ਕਿਹਾ ਹਾਂ ਯਾਰ, ਮੈਂ ਸੁਣਿਆ ਸੀਗਾ ਇਹ ਕਿਸੇ ਨਾਲ ਇਸ ਤਰ੍ਹਾਂ ਹੋਇਆ, ਤੇ ਬਟ ਮੈਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਟਾਈਮ 'ਤੇ ਮੇਰੇ ਨਾਲ ਹੋਏਗਾ। ਤੇ ਮੈਨੂੰ ਇਹੀ ਅਪੀਲ ਆ ਸਾਰਿਆਂ ਨੂੰ ਕਿ ਇਸ ਨੂੰ ਆਪਾਂ ਇਸ ਤਰ੍ਹਾਂ ਵਾ ਕਿ ਅੱਜ ਸੁਣਿਆ, ਕੱਲ੍ਹ ਸੁਣਿਆ, ਪਰਸੋਂ ਸਾਰਿਆਂ ਨੇ ਭੁੱਲ ਜਾਣਾ। ਮੈਨੂੰ ਇਹ ਆ ਕਿ ਇਹਨੂੰ ਯਾਦ ਰੱਖੋ ਕਿ ਕਿਸੇ ਨਾਲ ਹੋਇਆ ਤੇ ਅੱਗੇ ਵੀ ਹੋ ਸਕਦਾ, ਤੇ ਇਸ ਤੋਂ ਜਿਹੜੇ ਆਪਣੇ ਪਾਵਰ ਵਿੱਚ ਜਿਹੜੇ ਪਰਸਨ ਨੇ, ਆਪਣੇ ਸਿੱਖ ਭਰਾ ਹੈਗੇ ਆ, ਉਹਨਾਂ ਨੂੰ ਇਸ ਦਾ ਮੁੱਦਾ ਉਠਾਉਣਾ ਚਾਹੀਦਾ। ਗੁਰਵਿੰਦਰ ਜੀ, ਤੁਸੀਂ ਰਹੋ ਸਾਡੇ ਨਾਲ। ਹਰਦੀਪ ਸਿੰਘ ਜੀ ਮੈਂਬਰ ਨੇ SGPC ਦੇ, ਉਹ ਵੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਹਰਦੀਪ ਜੀ, ਕਈ ਵਾਰੀ ਇਦਾਂ ਦੇ ਮਾਮਲੇ ਸਾਹਮਣੇ ਆਏ ਨੇ, ਪਹਿਲਾਂ ਵੀ ਕਈ ਵਾਰੀ ਚੈਕਿੰਗ ਦੇ ਨਾਂ ਤੇ ਪਗੜੀਆਂ ਲਹਾਉਣ ਦੀ ਗੱਲ ਕੀਤੀ ਗਈ, ਸੁਰੱਖਿਆ ਅਫਸਰ ਜਿਹੜੇ ਹੁੰਦੇ ਸੀ ਬਾਹਰਲੇ ਮੁਲਕਾਂ 'ਚ। ਔਰ ਇੱਕ ਵਾਰ ਫਿਰ ਤੋਂ ਤੁਰਕੀ 'ਚ ਦਾ ਇੱਕ ਮਾਮਲਾ ਜਿਹੜੇ ਕਿ ਗੁਰਵਿੰਦਰ ਸਿੰਘ ਦੱਸ ਰਹੇ ਨੇ, ਹਾਲਾਂਕਿ ਉਹ ਡਟੇ ਰਹੇ, ਉਹਨਾਂ ਨੇ ਸਾਫ਼ ਤੌਰ 'ਤੇ ਕਹਿਤਾ ਸੀ ਕਿ ਉਹ ਪੱਗ ਨਹੀਂ ਲਾਉਣਗੇ, ਔਰ ਆਖਿਰਕਾਰ ਅਥਾਰਟੀ ਨੂੰ ਝੁਕਣਾ ਪਿਆ। ਕੀ ਲੱਗਦਾ ਹੈ ਕਿ ਪਹਿਚਾਣ ਨੂੰ ਲੈ ਕੇ ਬੁੱਕਲੈਟ ਜਾਰੀ ਕਰਨਾ ਜਾਂ ਹੋਰ ਇੱਦਾਂ ਦੀਆਂ ਐਕਟੀਵਿਟੀਜ਼ ਕਰਨ ਨਾਲ ਸਾਰੀਆਂ ਚੀਜ਼ਾਂ ਸੁਧਰਨਗੀਆਂ ਜਾਂ ਹੋਰ ਬਹੁਤ ਕੁਝ ਜਾਗਰੂਕ ਕਰਨ ਦੀ ਲੋੜ ਹੈ?
हरदीप जी तुसी सुन पा रहे हो? ठीक है, उन्हां नाल संपर्क नहीं हो पा रहा, लेकिन गुरविंदर जी लगातार साढ़े नाल ने। गुरविंदर जी की अपील करना चाहोगे? मैं अपील यही करना चाहूंगा कि इस चीज़ नूं लाइटली ना लैन, इनू थोड़ा फोकस करन, इनू अपना अगे जड़े होर अपने वीर भरा ने जड़े होर ट्रैवल करते हैं, क्योंकि अपने अपने जड़े सिख वीर उस पूरी दुनिया च ने, ते किसी नाल भी ये घटना हो सकती है। उस वेले मैनूं इन्नी हरासमेंट हुई, मैं यार आ की प्रॉब्लम आ, उस वेले मेरे कोई नहीं सीगा, बट मैं अड़िया रहा, मैं नहीं मैं टर्बाइन उतार सकता, मैंने तुम वापस भेज दो, वो तुहाडी मर्जी है, बट मैं हाथ भी नहीं लान देना, तो मैं उतारन भी नहीं देनी। चलो ठीक है, गुरविंदर जी बहुत बहुत धन्यवाद साढ़े नाल जुड़न दे लई। ते तुर्की च एक सिख नाल बदसलूकी, जो कि एयरपोर्ट ते चैकिंग दौरान जो कुछ हुई उस तो बाद लगातार अपील कर रहे हरदीप सिंह जी भी लगातार साढ़े नाल जुड़े हुए हैं। हरदीप जी, तुर्की का एक मामला सामने आया जिथे एक सिख नौजवान नूं कहा गया चैकिंग दौरान पगड़ी लाने लई, हालांकि वह डटिया रहा, तुहानूं लगता है कि होर जागरूक करन दी लोड़ है? देखो ऐसियां घटनावां लगातार वापरदियां ने, और सिक्योरिटी की गल हो उस असी इस सहमत हाँ कि सिक्योरिटी हर जगह जरूर चेक होनी चाहिए है, पर यह जगह जगह के उत्ते हर कंट्री के इस चीज का पता है कि सिख जड़े ने दस्तार सजाते हैं, दस्तार उन्हों का धार्मिक जड़ा एक अंग है, उन्हों की ड्रेस का पार्ट आ, इस रिमूव नहीं करवाया जा सकता। सिक्योरिटी चैकिंग दे आर सो मैनी अदर वेज, लाइक अज के दिन जो है ने उसकी चैकिंग वास्ते इक्विपमेंट बने हुए ने, या उसकी जी है पफिंग करके ते मशीन से चैक किया जा सकता है। सो जेकर किसी भी एयरपोर्ट के उत्ते इंटरनेशनल लैवल से किसी भी कंट्री के किसी भी एयरपोर्ट के उत्ते ऐसा कुछ किया जाता है, वो बहुत मनभागा है, वो गलत है, वो उन्होंने जगह के उत्ते जो स्टाफ हैगा उन्होंने ट्रेनिंग दे विच किते ना किते कमी है, कमजोरी है। ऑल दो सिख ऑर्गेनाइजेशन जिहड़ियां ने वो वक्त वक्त थावां दे उत्ते अपनी गल नूं जिहड़ा हैगा अथॉरिटीज तक पहुंचाने की लगातार कोशिश कर रही ने, पर फिर भी जे घटना वापरती है, मैं समझदा कि मैनूं लेटेस्ट नहीं पता कि उत्थे उन्हां सज्जनां दे नाल की स्थिति है, वैदर उन्हां दा मसला यह सॉल्व हो गया है, रिजॉल्व हो गया है, या स्टिल इट इज गोइंग ऑन, जो भी है ये माड़ी गल है। चलो ठीक है, बहुत बहुत धन्यवाद हरदीप सिंह जी साढ़े नाल जुड़न दे लई। ते एक वड्डा मसला चुकी लगातार चुकिया भी जांदा, हालांकि उस सिख नौजवान वालों भी चुकिया गया गुरविंदर सिंह वालों। तैसे दे नाल प्योर पंजाब दे विच अज दे लई बस इन्ना ही, इजाजत दिओ, धन्यवाद।